जी अस्सलाम वालेकुम दोस्तों, कैसे हैं आप सब लोग। उम्मीद है आप सब ठीक ठाक होंगे। दोस्तों आप देख रहे हैं टी एस नॉलेज टी वी यूट्यूब चैनल, वेलकम टू आवर यूट्यूब चैनल। दोस्तों आज की इस वीडियो में जो डेयरी कैटल एंड फार्मर एसोसिएशन की जानिब से जनाब आरिफ साईद साहब की तरफ से जो नस्ली कट्टे किसानों को बजरिया कुरा अंदाजी मुफ्त तकसीम किए गए थे, उन कट्टों की माएँ और उनका बाप वो दिखाया जाएगा। उम्मीद है वीडियो आपको पसंद आएगी। वीडियो को शुरू से लेकर एंड तक देखिएगा और बाकी दोस्तों के साथ भी लाजमी शेयर कीजिएगा। दोस्तों आइए चलते हैं जी, आज को दिखाते हैं कि वो भैंसे जिनके कट्टे तकसीम किए गए थे और वो बुल जो इन कट्टों का बाप था। ये साड़ी नंबर वन घर दी ब्रीड है, नंबर वन रानी माझ घर दी ब्रीड है। दुध दे थले इस टाइम जिहड़ा ना जी साडे कोल 24 तों 25 लीटर दुध दे रही है। ਛੇਵਾਂ ਸੂਬਾ ਇਹਦਾ ਤੁਸੀਂ ਮਾਝ ਦਾ ਮੂਹਰਾ ਕਰਨਾ ਆਪ ਲੀ ਰਹੇ ਹੋ, ਇਹ ਪਿੱਛੇ ਰੱਖੋ ਕਿ ਮੋਰ ਨਾਲ ਵਾਪਸ ਲੈ ਲਓ। ਹਾਂਜੀ ਚਲੋ ਠੀਕ ਲੈ ਜਾਓ ਪਰਲੇ ਵਾਲੇ ਇੱਥੇ ਥੱਲੇ ਆਇਆ 24 ਤੋਂ 25 ਲੀਟਰ ਆ ਗਿਆ ਮਲੰਗਣੀ। ਮਲੰਗਣੀ ਇਹ ਮਲੰਗਣੀ ਹੈ ਜੀ, ਇਹ ਵੀ ਇਨਸ਼ਾਅੱਲਾ 24 ਲੀਟਰ ਦੁੱਧ ਕਰਾਸ ਕਰੇ ਦੀ। ਇਹ ਤੀਸਰਾ ਸੂਬਾ, ਹਾਂਜੀ ਦੋਵਾਂ ਟਾਈਮਾਂ ਦਾ। ਇਹ ਥੱਲੇ 24 ਲੀਟਰ ਦੁੱਧ ਹੈ, ਤੀਸਰਾ ਸੂਬਾ ਸੂਈ ਹੈ। ਇਹਦਾ ਕੱਟਾ ਜੇ ਪਿੱਛੇ ਜਿਹੜਾ ਕਿ ਕੁਰਾਂ ਦਾ, ਇਹਦਾ ਕੱਟਾ ਵੀ ਜਾਣਾ ਕੁਰਾਂ ਦਾ ਦੇ ਚ। ਦੋਵਾਂ ਟਾਈਮ ਦਾ 24 ਕਿਲੋ ਜੀ ਇਨਸ਼ਾਅੱਲਾ। ਹਾਂਜੀ ਇਨਸ਼ਾਅੱਲਾ ਪੱਕਾ 24 ਕਿਲੋ ਦੁੱਧ। ਇਹ ਸਾਰੇ ਜੀ ਸਾਡੇ ਕੋਲ, ਜਿੰਨੀ ਵੀ ਮੈਂ ਮੱਝਾਂ ਦਾ ਤੁਹਾਨੂੰ ਦੱਸ ਰਿਹਾ ਸਾਰੀ ਸਾਡੇ ਘਰ ਦੀ ਬਰੀਡ, ਆਪਣੇ ਘਰ ਦੀਆਂ ਕੱਟੀਆਂ, ਇਹਨਾਂ ਦੀਆਂ ਮਾਵਾਂ ਵੀ ਸਾਡੇ ਕੋਲ ਰਹੀਆਂ ਨੇ ਔਰ ਇਹ ਸਾਰੀ ਨਸਲ ਸਾਡੀ ਆਪਣੀ ਘਰ ਦੀ ਹੈ ਜੀ। ਅੱਛਾ ਮਲੰਗਣੀ ਦੀ ਮਾਂ ਵੀ? ਹਾਂਜੀ ਮਲੰਗਣੀ ਦੀ ਮਾਂ ਵੀ ਮਾਸ਼ਾਅੱਲਾ ਬੜੀ ਅੱਛੀ ਮਾਂ ਸੀ, ਉਹ ਬੜਾ ਸਾ ਪਿਛਲੇ ਸਾਲ ਸੇਲ ਕੀਤੀ ਹੈ। ਦੋਸਤੋ ਇਹ ਉਹ ਬੁੱਲ ਹੈ ਜਿਸ ਕਾ ਨਾਮ ਬਿੱਲਾ ਹੈ, ਜਿਸ ਕੇ ਕੱਟੇ ਬਜ਼ਰੀਆ ਕੁਰਾ ਅੰਦਾਜ਼ੀ ਕਿਸਾਨੋਂ ਕੋ ਮੁਫਤ ਤਕਸੀਮ ਕੀਏ ਗਏ ਥੇ। ਇਹ ਸਾਈ ਕੈਟਲ ਐਂਡ ਡੈਰੀ ਫਾਰਮ ਕਾ DCFA ਕਾ ਜੋ ਮਾਡਲ ਫਾਰਮ ਹੈ, ਸਾਈ ਕੈਟਲ ਫਾਰਮ, ਇਹ ਉਸ ਪੇ ਅਭੀ ਬਰੀਡ ਕਰ ਰਿਹਾ ਹੈ, ਇਹ ਸਾਈ ਕੈਟਲ ਫਾਰਮ ਕਾ ਬਰੀਡਰ ਹੈ। ਤੋ ਦੋਸਤੋ ਆਈ ਚਲਤੇ ਹੈ ਜੀ, ਬਾਕੀ ਭੈਂਸੇ ਆਪਕੋ ਦਿਖਾਤੇ ਹੈ ਜਿਨਕੇ ਕੱਟੇ ਕੁਰਾ ਅੰਦਾਜ਼ੀ ਮੇਂ ਦੀਏ ਜਾਏਂਗੇ। 10 ਅਕਤੂਬਰ ਤੱਕ ਜੀ ਆਪਣਾ ਐਲਾਨ ਕੀਤਾ ਸੀ ਕਿ ਆਪਣੇ ID ਕਾਰਡ ਦੀਆਂ ਕਾਪੀਆਂ ਜਿਹਨਾਂ ਦੇ ਪੇਪਰ ਆਨਲਾਈਨ ਅਪਲਾਈ ਕਰੋ, ਸੋਰੀ ਹੋ ਗਿਆ। ਅੱਛਾ ਅਸਾਂ ਇੱਕ ਲਿੰਕ ਭੇਜ ਦਿੱਤੇ ਆ ਫੇਸਬੁੱਕ 'ਤੇ, ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਆ ਕਿ ਜਿਹੜੇ ਦੋਸਤ ਹਿੱਸਾ ਲੈਣਾ ਚਾਹੁੰਦੇ ਉਹ ਪੇਪਰ ਨੂੰ ਪੂਰਾ ਕਰਨ, ਆਪਣਾ ID ਕਾਰਡ ਆਪਣੀ ਸਾਰੀ ਡਿਟੇਲ ਦੇ ਦੇਣ। ਪੇਪਰ ਆਪਣਾ ਜਿਹੜਾ ਪੇਜ ਹੈ ਆਪਣਾ ਫੇਸਬੁੱਕ ਦਾ? ਹਾਂਜੀ ਸਹੀ ਫਾਰਮ? ਨਹੀਂ ਜੀ ਉਹ ਹਮ ਕਿਸਾਨ ਦੇ ਨਾਂ ਦਾ ਵੀ ਅਗੋ DCFA ਦਾ ਸਾਡਾ ਪੇਜ ਹੈ, ਹਾਂਜੀ ਉਹਦੇ ਵਿੱਚ ਸਾਰਾ ਜੀ।
ਉਹ ਆਪਣਾ 10 ਤਰੀਕ ਤੱਕ ਦਰਖਾਸਤਾਂ ਤੇ ਬੰਦ ਹੋ ਗਈਆਂ ਨੇ ਜੀ ਜੀ ਜਾਂ ਤੇ 9000 ਮੈਂਬਰ ਸਾਡੇ ਕੋਲ ਇਸ ਟਾਈਮ ਇਹਨਾਂ ਦਰਖਾਸਤਾਂ ਆਈਆਂ ਨੇ ਵੇਖਣਾ ਵੀ ਐਨ ਹੋਵੇ ਤੇਰੇ ਕੋਲ ਛੁੱਟ ਕੇ ਸਾਡੇ ਲਈ ਆ ਜਾਵੇ ਕੱਟਾ ਜਿਹੜਾ ਇਹਦਾ ਮਲੰਗਣੀ ਦਾ ਜੀ ਹਾਂ ਜੀ ਉਹਦਾ ਬਾਪ ਕਿਹੜਾ ਜੀ ਉਹ ਬਿੱਲਾ ਜੀ ਉਹ ਵੀ ਸਾਡੇ ਕੋਲ ਹੀ ਹੈ ਅੱਛਾ ਉਹ ਵੀ ਕਰਦੀ ਹੈ ਜੀ ਉਹ ਵੀ ਕਰਦਾ ਜੀ ਬਿੱਲਾ ਜੀ ਪਤਾ ਕੀ ਉਹ ਨਾਲ ਨਾਲ ਹੀ ਚੱਲਣਾ ਜਿਹੜੀ ਮੱਝ ਆਣੀ ਹੈ ਫਿਰ ਉਹਦੀ ਡਿਸਕਸ਼ਨ ਸੁਣ ਕਰਦੀ ਹੈ ਚਲੋ ਜੀ ਚਲੋ ਉਸ ਤਸਵੀਰ ਸਾਹਮਣੇ ਆ ਜਾਮਾਨੀਮ ਅਸਲਾਮ ਤੁਸੀਂ ਦੇਖ ਰਹੇ ਅੱਜ ਅਸੀਂ ਸਾਈ ਕੈਟਲ ਫਾਰਮ ਇਹਦਾ ਨਾਂ ਕੀ ਰੱਖਿਆ ਲਾਡੋ ਇਹਦਾ ਨਾਂ ਲਾਡੋ ਜੀ ਇਹ ਸਾਡੇ ਘਰ ਦੀ ਹੈ ਦੂਸਰੇ ਸਵੇਰ ਸੂਈ ਆ ਫੜ ਲਓ ਵੈਸੇ ਦੂਸਰੀ ਦਫ਼ਾ ਇਹ ਜਨਾਬ ਦੁੱਧ 'ਤੇ ਆਈ ਆ ਅਤੇ ਇਹਦੇ ਥੱਲੇ ਵੀ ਇਸ ਟਾਈਮ 18 ਤੋਂ 19 ਕਿਲੋ ਦੁੱਧ ਹੈ ਦੂਸਰਾ ਸੂਆ ਜੀ ਹਾਂ ਜੀ ਘਰ ਦੀ ਬਰੀਡ ਹੈ ਵੀਡੀਓ ਬਣਾਈ ਉੱਥੇ ਆਪਣੇ ਮਰਜ਼ ਬਣਾ ਕੇ ਇੱਕ ਇੱਕ ਮਿੰਟ ਦੇ ਮਿੰਟ ਦੀ ਬਣਾਈ ਆ ਮੇਰੀ ਵੀ ਉੱਥੋਂ ਬਣਾ ਇਸ ਮੱਝ ਦੇ ਬਾਰੇ ਸਾਈ ਸਾਹਿਬ ਦੱਸੋ ਹਾਂ ਜੀ ਇਕਬਾਲ ਸਾਹਿਬ ਚਮੇਲੀ ਜੀ ਸਾਈ ਸਾਹਿਬ ਬਹੁਤ ਖੂਬਸੂਰਤ ਮੱਝ ਜੀ ਮਾਸ਼ਾਅੱਲਾ ਚਮੇਲੀ ਇਹ ਹਾਂ ਜੀ 20 ਲੀਟਰ ਦੋਵਾਂ ਟਾਈਮ ਜੀ ਆ ਦੋਵਾਂ ਟਾਈਮਾਂ ਦਾ ਇਹ ਵੀ ਤੀਸਰੇ ਸੂਬੇ ਤੀਸਰੀ ਦਫਾ ਜਨਾਬ ਇਹ ਆਪਣਾ ਦੁੱਧ ਤੇ ਆਈ ਏ ਤੇ ਬੜਾ ਅੱਛਾ ਜਾਨਵਰ ਹੈ ਮਾਸ਼ਾਅੱਲਾ ਇਹ ਵੀ ਸਾਡੇ ਘਰ ਦੀ ਬਰੀਡ ਆ ਜੀ ਅੱਛਾ ਮਾਂ ਪਿਓ ਕਰਦੇ ਜੀ ਹਾਂ ਜੀ ਸਾਰਾ ਕਰਦੀ ਆ ਸਾਰੇ ਜੀ ਇਹਦੀ ਮਾਂ ਵੀ ਕਰਦੀ ਸੀ ਇਹਦਾ ਪਿਓ ਵੀ ਕਰਦਾ ਤੇ ਹੁਣ ਕੀ ਜੇ ਥੱਲੇ ਕੀ ਜੇ ਇਸ ਟਾਈਮ ਇਹ ਥੱਲੇ ਕੱਟਾ ਜੀ ਮਾਸ਼ਾਅੱਲਾ ਉਹ ਵੀ ਜਾਏਗਾ ਜੀ ਕੁਰੰਦਾ ਦੇ ਵਿੱਚ ਹਾਂ ਜੀ ਕੁਰੰਦਾ ਦੇ ਵਿੱਚ ਜ਼ਿੰਦਾਬਾਦ ਅਸੀਂ ਕੁਰੰਦਾ ਦੇ ਚੋ ਕੱਟੇ ਦੇ ਰਹੇ ਹਾਂ ਜਨਾਬ ਜਿਹੜੇ ਜਿੰਨੇ ਵੀ ਸਾਡੀ ਅੱਛੀ ਬੜੀ ਘਰ ਦੀ ਅੱਛੀ ਬਰੀਡ ਹਨ ਤਾਂ ਕਿ ਜਿੱਥੇ ਕੱਟੇ ਜਾਣ ਉਹਨਾਂ ਦੀ ਅੱਛੀ ਬਰੀਡ ਬਣੇ ਔਰ ਜਿੱਥੇ ਸਾਡਾ ਸਿਰਫ ਇਹ ਹੀ ਹੈ ਕਿ ਕੋਈ ਕੱਲ੍ਹ ਨੂੰ ਕੋਈ ਪੁੱਛੇ ਕੱਟਾ ਕਿੱਥੋਂ ਲਿਆ ਬਸ ਸਾਈ ਡੇਅਰੀ ਫਾਰਮ ਤੋਂ ਕੱਟਾ ਉਹਨਾਂ ਦਾ ਕੱਟਾ ਜੀ ਅਤੇ ਅਸੀਂ ਜਿੰਨੇ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਅੱਛੇ ਜਾਨਵਰ ਕੱਟੇ ਜਾਣਾ ਜੀ ਉਹ ਸਾਰੇ ਕੁਰੰਦਾ ਜੀ ਦਈਏ ਤਾਂ ਕਿ ਸਾਡੇ ਜਿਹੜੀਆਂ ਦੋਸਤਾਂ ਕੋਲ ਅੱਛੀ ਬਰੀਡ ਜਾਏ ਔਰ ਬਿਲਕੁਲ ਜੀ ਤੋਹਫ਼ਾ ਜਿਹੜਾ ਅੱਛਾ ਦੇਣਾ ਚਾਹੀਦਾ ਜਿਹੜੀ ਚੀਜ਼ ਬੰਦਾ ਆਪ ਪਸੰਦ ਕਰੇ ਹੋਈ ਆਪਣੇ ਦੋਸਤ ਭਾਈ ਬਿਲਕੁਲ ਬਿਲਕੁਲ ਇਕਬਾਲ ਤੁਹਾਡੀ ਨਸਲ ਜਾਏਗੀ ਇਕਬਾਲ ਯਾਦ ਕਰਨਗੇ
ਇਕਬਾਲ ਨਹੀਂ ਨਹੀਂ ਮੈਂ ਨਾ ਉਹਦੇ ਕੋਲ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ। ਇਕਬਾਲ ਇਹਦਾ ਨਾਂ ਕੀ ਆ? ਮੇਰਾ ਸਿਰ ਤੋਂ ਮੈਂ ਕੱਲ੍ਹ ਯਾਰ ਭੁੱਲੇ ਆ ਨਾ ਸ਼ਾਇਦ। ਬੈਕ ਕਰੋ ਜੀ, ਇਨਕੋਰ ਹੋ ਜਾਓ। ਆ ਬਿੱਲੀ ਇੱਕ ਬਿੱਲੀ ਇੱਕ ਮਿੰਟ ਸਰ ਟੈਲੀਫੋਨ ਕੋਲ ਜੀ ਸਾਈ ਸਾਹਿਬ ਹੈ ਜਿਹੜੀ ਮਾਜੇ ਦਾ ਕੀ ਨਾਮ ਜੀ? ਬਿੱਲੀ ਤੂੰ ਵੀ ਭੁੱਲ ਗਿਆ ਮੇਰੇ ਯਾਰ ਹੈ। ਤੇਰਾ ਨਾਮ ਹੈ ਮਾਸ਼ਾਅੱਲਾ ਜੀ, ਤੇਰਾ ਨਾਮ ਹੈ ਮਾਸ਼ਾਅੱਲਾ। ਪੈਰੀ ਮਾਜੇ ਜੀ ਵੀ ਘਰ ਦੀ ਬਰੀਡ ਹੈ ਜੀ? ਹਾਂਜੀ ਘਰ ਦੀ ਹੈ ਜੀ, ਇਹ ਵੀ ਦੂਸਰਾ ਸੂਆ ਸੂਈ ਹੈ। ਅੱਛਾ ਦੂਸਰਾ ਸੂਆ ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ ਜੀ ਬਹੁਤ। ਇਹ ਸ਼ਰਮੀਲੀ ਹੈ ਜੀ? ਕੀ ਨਾਮ ਸੁ ਜੀ? ਸ਼ਰਮੀਲੀ। ਸ਼ਰਮੀਲੀ ਇਹ ਵੀ ਦੂਸਰਾ ਸੂਆ ਹੈ? ਇਹ ਵੀ ਸ਼ਰਮੀਲੀ ਜੀ ਜੀ। ਆ ਬੜੇ ਆ ਸ਼ਰਮੀਲੀ, ਤਾਂ ਹੀ ਤਾਂ ਨਾਮ ਸ਼ਰਮੀਲੀ ਰੱਖਿਆ ਹੈ, ਤਾਂ ਹੀ ਤਾਂ ਮੈਨੂੰ ਯਾਦ ਕਿੱਡੇ। ਇਹ ਮਾਸ਼ਾਅੱਲਾ ਸਾਡਾ ਬੜਾ ਅੱਛਾ ਜਾਨਵਰ ਹੈ ਜੀ। ਇਹ ਦੂਸਰੇ ਸੂਬੇ ਆ, ਇਹਦੇ ਥੱਲੇ 17 ਕਿਲੋ ਦੁੱਧ ਆ ਜੀ। ਇਹ ਥੱਲੇ ਕੱਟਾ ਜੀ, ਇਹ ਵੀ ਕੱਟਾ ਜੀ ਆਪਣਾ ਕੱਟਾ ਜੀ। ਅਸੀਂ ਉਹ ਜਾਨਵਰ ਲਿਆਵਾਂਗੇ ਤਾਂ ਲੈ ਰਹੇ ਜਿੰਨਾ ਥੱਲੇ ਕੱਟੇ ਆ ਜੀ, ਜਿਹਨਾਂ ਕੱਲ੍ਹ ਕੁਰਾਂ ਦਾਦੀ ਆਉਣੀ ਆ। ਅਸੀਂ ਸਾਰੇ ਜਾਨਵਰ ਤੁਹਾਨੂੰ ਉਹ ਫਹਾ ਰਹੇ ਹਾਂ ਕਿ ਜਿਹਨਾਂ ਦੀਆਂ ਮਾਵਾਂ ਥੱਲੇ ਕੱਟੇ ਆ, ਜਿਹੜੇ ਕੱਲ੍ਹ ਕੁਰਾਂ ਦਾਦੀ ਜਾਣੇ ਆ। ਮੱਝਾਂ ਹੋਰ ਵੀ ਆਏ ਨੇ, ਕੱਟੀਆਂ ਵਾਲੇ ਵੀ, ਕੱਟੀਆਂ ਵਾਲੀਆਂ ਵੀ ਆ। ਲੇਕਿਨ ਅਸੀਂ ਜਿਹੜੇ ਕੁਰਾਂ ਦਾ ਜਾਨਵਰ ਆਉਂਦੇ ਆ ਨਾ ਕੱਲ੍ਹ ਨੂੰ, ਜਿਹਨਾਂ ਨੇ ਕੱਟੇ ਆ, ਉਹ ਸਾਰੀਆਂ ਮੱਝਾਂ ਅੱਜ ਤੁਹਾਨੂੰ ਵਿਖਾ ਰਹੇ ਹਾਂ। ਇਹ ਸਾਡੀ ਮੱਝ ਦਾ ਨਾਮ ਮਰਚ ਹੈ ਜੀ, ਕਿਉਂਕਿ ਇਹ ਥੋੜ੍ਹਾ ਜਿਹਾ ਨਾ ਮਾਰਦੀ ਆ ਮਰਚ ਕੋੜੀ ਆ। ਇਹ ਥੱਲੇ 16 ਕਿਲੋ ਦੁੱਧ ਹੈ, ਤੀਸਰਾ ਸੂਬਾ ਜੀ ਦਾ। ਹਾਂਜੀ ਕੱਟਾ ਇਹਦੇ ਥੱਲੇ ਵੀ, ਕੱਟੇ ਤਕਸੀਮ ਕਰਨੇ ਨਾ ਜਿਹੜੇ ਕੱਟੇ ਦੇ ਰਹੇ ਆ, ਜਿੰਨੀਆਂ ਮੱਝਾਂ ਤੁਹਾਨੂੰ ਵਹਾ ਰਹੇ ਆ ਇਹਨਾਂ ਦੇ ਕੱਟੇ ਕੱਲ ਕੁਰਾਂ ਦਾਦੀ ਜਾਣੇ ਆ, ਦਾਦੀ ਦਾ ਨਿਕਲਨੇ ਆ ਇਹ ਉਹ ਮੱਝਾਂ ਜਾ ਜੀ। ਤੇ ਇਹਨਾਂ ਦਾ ਤਾਂ ਬੁੱਲ ਵੀ ਵਹਾਣਾ ਜੀ, ਬਿੱਲਾ ਬੁੱਲ ਬਿੱਲਾ ਵੀ ਲੈ ਆਵਨੇ ਆ ਜੀ ਸਪੀਡ 'ਚ। ਇਹਦਾ ਕੀ ਰੱਖਿਆ ਸੀ ਮੁੱਲ ਵੀ? ਅੱਛਾ ਲਿਆਸ ਜਾ ਜੀ, ਬੜਾ ਅੱਛਾ ਮਿਸ਼ਨ ਲੈ ਕੇ ਤੁਸੀਂ ਚੱਲੇ ਹੋ ਜੀ ਮਾਸ਼ਾਅੱਲਾ ਜੀ, ਬੜੀ ਬੇਜੀ। ਅਸੀਂ ਬਸ ਇਹ ਅਸੀਂ ਇਹੀ ਚਾਹੁੰਦੇ ਹਾਂ ਕਿ ਦੋਸਤਾਂ ਦੇ ਜਿੰਨਾ ਕੁ ਸਾਡੇ ਕੱਟੇ ਜਾਣ ਦੇ, ਉਹ ਵੀ ਅੱਗੋਂ ਇਸ ਤਰ੍ਹਾਂ ਕੱਲ੍ਹ ਉਹਨਾਂ ਨੇ ਜਦੋਂ ਮੱਝਾਂ ਕੱਟੇ ਦੇਣ, ਉਹ ਵੀ ਆਪਣੇ ਇਲਾਕੇ 'ਚ ਇਹਨਾਂ ਤਕਸੀਮ ਕਰਨ, ਤਾਂ ਕਿ ਲੋਕਾਂ ਕੋਲ ਅੱਛੀ ਬਰੀਡ ਬਣੇ ਜੀ। ਬੜਾ ਬੜੀ ਜਾ, ਇਹ ਸਾਡੀ ਕਾਲੀ ਮੱਝ ਹੈ ਜਿਹਦਾ ਨਾਂ ਹੀ ਕਾਲੀ ਹੈ। ਅੱਛਾ ਜਾ, ਇਹ ਵੀ 15-16 ਕਿਲੋ ਦੁੱਧ ਦੇ ਰਹੀ ਹੈ, ਅਤੇ ਬੜਾ ਅੱਛਾ ਸੋਹਣਾ ਜਾਨਵਰ ਹੈ। ਸੋ ਤੁਸੀਂ ਥਣ ਵੇਖੋ ਇਹਦਾ, ਉਂਝ ਵੇਖੋ ਉਂਝ, ਮਾਸ਼ਾਅੱਲਾ ਬੜਾ ਸਹੂ ਜਿਹਾ ਜਾਨਵਰ ਹੈ ਜੀ। ਸਾਰੀ ਸੋਹਣੀ ਹੈ ਸਿੰਘ ਕੱਦ ਬੁੱਤ ਮਾਸ਼ਾਅੱਲਾ ਜੀ ਜੀ, ਸਾਰੀ ਸੋਹਣੀ ਬਣਾ ਬਹੁਤ ਖੂਬਸੂਰਤ ਹੋਰ ਲਿਆਓ ਕਿ 3-4। ਅੱਛਾ ਜੀ, ਓਏ ਹੋਰ ਵੀ ਲਿਆਓ ਕਬਾਲ ਦੂਜੇ ਜਿਹੇ ਕਬਾਲ। ਇਹ ਪਹਿਲੇ ਨੰਬਰ ਹੀ ਖੋਲਣਾ ਇਹਨੂੰ, ਕਿਉਂ ਖੋਲਿਆ ਆਪਣਾ ਸੂਰਜਮੱਖੀ ਲਿਆ ਉਹ ਲਿਆ ਇੱਕਦਾ ਇੱਕ ਸਿੰਘ ਥੱਲੇ ਵੇ, ਕੀ ਨਾਮ ਹੈ? ਪਠਾਣੀ ਲਿਆ, ਓਏ ਉਹ ਲੁੰਡੀ ਲਿਆ ਇੱਕ, ਉਹ ਕਿਹੜੀ ਆ ਉਹ ਲੁੰਡੀ, ਉਹਦਾ ਨਾਂ ਕੀ ਰੱਖੀ ਲੁੰਡੀ ਦਾ? ਉਹ ਬੋਲੀ ਲੁੰਡੀ ਨਹੀਂ ਨਹੀਂ ਨਾ ਰੱਖਿਆ ਮੇਰੇ ਦਿਨ ਕੋ, ਉਹਨੂੰ ਪਤਾ ਸਾਰਾ ਨਹੀਂ ਨਹੀਂ ਗੋਰਾ ਨੇ, ਉਹ ਬੋਲੀ ਲੁੰਡੀ ਲਿਆ ਨਾ ਰੱਖਿਆ ਉਹਨੂੰ ਅਸਰ ਪਤਾ, ਮੈਂ ਅਸਰ ਜੋ ਭੁੱਲ ਗਿਆ ਬਾਅਦ ਚ ਨਾਂ ਨੂੰ, 2-3 ਮਹੀਨੇ 4-4 ਮਹੀਨੇ ਬਸ ਤੁਹਾਡਾ। ਮੈਂ ਕੱਲ੍ਹ ਅਮੈਰੀਕਾ 'ਚ ਪਹਿਲੇ ਇੰਨਾ ਤਾਂ ਮੈਨੂੰ ਕੀ ਪਤਾ ਨਾ ਕੀ ਆ, ਮੈਂ ਤਾਂ ਕੈਮਰਾ 'ਚ ਵੇਖਦਾ ਵੇਖਿਆ ਜੇ ਇਹ ਇੱਥੇ ਦੇ ਕੈਮਰਾ, ਉਹ ਵਿੱਚ ਜਿਹੜੇ ਲੱਗੇ ਨਾ ਉਹ ਵੇਖਿਆ ਜੇ ਉਹ ਵੇਖੋ ਫਿਰਦਾ ਪਿਆ ਪਿੱਛੇ ਵੇਖੋ, ਉਹ ਮੈਂ ਅਮੈਰੀਕਾ 'ਚ ਲਿਆ ਕੇ ਲਾਇਆ ਨਾ, ਸਾਰਾ ਆਨਲਾਈਨ ਸਿਸਟਮ ਰੱਖਿਆ ਜਿੱਥੇ ਮੈਂ ਘਰ ਵੱਡਾ ਟੀ ਵੀ ਰੱਖਿਆ, ਵੇਖੋ ਉੱਥੇ ਫਿਰਦਾ ਨਾ ਕੈਮਰਾ, ਵੇਖੋ ਉਹ ਵੇਖੋ 44 ਫਿਰ, ਉਹ 4 ਕੈਮਰੇ ਲੱਗੇ ਨੇ ਵੇਖਣਾ, ਉਹ 44 ਇੱਥੇ ਨਹੀਂ 44 ਫਿਰੇਦਾ ਪੂਰੇ ਨਾ ਸਾਰਾ ਜਾ।
ਲੋਹੜੀ ਕੋਲ ਸਕਿਉਰਟੀ ਸ਼ੋਪ ਦਾ ਜੋਬ ਇਹ ਤੁਹਾਡਾ ਕੱਲ ਵਾਲਾ ਜਿਹੜਾ ਦਿਨ ਹੈ ਨਾ ਜੀ ਸਹੀ ਸਾਹਿਬ ਉਹ ਵੇਖੋ ਨਾ ਤੁਸੀਂ ਤੋੜ ਕੰਪਰ ਨਿਕ ਤੋੜ ਐ ਚੋ ਤੋੜ ਪਰ ਨਿਕ ਹੈ ਭਰਨਾ ਤਲਾਕ ਹੈ ਪਾਣੀ ਸੁਭਾ ਭਰਨਾ ਹੁਣੇ ਭਰ ਦਿੰਦੇ ਆ ਦੇ ਦੋ ਜ਼ਰੂਰ ਤੁਹਾਡਾ ਬਾਤ ਹੋ ਜੇ ਬਾਹਰ ਹੁਣੇ ਭਰ ਦਿੰਦੇ ਜੀ ਸ਼ਾਮ ਦੇ ਬਾਣੇ ਮਾਈ ਤੁਸੀਂ ਸੁਭਾ ਜਾਵਾਂ ਸਭ ਹੁਣ ਬਾਣੇ ਕੱਲ ਇਹ ਜਿਹੜੀ ਪਰਸੋਂ ਵਾਲੇ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਨਾ ਇੱਕ ਵਾਰ ਤੁਹਾਡਾ ਪੂਰੇ ਫਾਰਮ ਦੀ ਇੱਕ ਵਾਰ ਵੀਡੀਓ ਅਸੀਂ ਬਣਾਉਣੀ ਹੈ ਪੂਰੇ ਇੱਕ ਜਨਵਰ ਤੁਹਾਡਾ ਜਾਂ ਗਾਵਾਂ ਜਾਂ ਮੱਝਾਂ ਜੋ ਵੀ ਰੱਖੀ ਹੈ ਤੁਹਾਡਾ ਮਿਸ਼ਨ ਸਾਰੀ ਮੁਕੰਮਲ ਡਾਕੂਮੈਂਟ ਤੋ ਸਾਈ ਸਾਹਿਬ ਹੁਣ ਇੱਕ ਮਿੰਟ ਦਾ ਕਲਿੱਪ ਕਰਾਓ ਰਿਕਾਰਡ ਇੱਕ ਮਿੰਟ ਦਾ ਮੱਝਾਂ ਦੇ ਕਰੀ ਆ ਨਾ ਕੰਮ ਕਰੀ ਉਹ ਵਿੱਚ ਲਾ ਲਾਂਗੇ ਅੱਛਾ ਅੱਛਾ ਮੈਂ ਦੇ ਲਿਖ ਮੱਝਾਂ ਦਾ ਵਿਲਿਆ ਹੋਇਆ ਇੱਕ ਸਿਆਣ ਦੇਨ ਬਣੇ ਆ ਨਾ ਉਹ ਹੋਰ ਲੈਣਾ ਕਲੀਅਰ ਚਲੋ ਕਰਾ ਫਿਰ ਬੰਦਾ ਗੱਲ ਇਹਦੀ ਕਰ ਦਿੰਦਾ ਬਹਿ ਕੇ ਤੁਸੀਂ ਫਿਰ ਰਿਕਾਰਡਿੰਗ ਕਰ ਮੈਂ ਤੁਹਾਡੇ ਕੋਲ ਹੀ ਆ ਹਫਤਾ ਪੂਰਾ ਅਮਰੀਕਾ ਚੋਂ ਆਏ ਆ ਇਸ ਲਈ ਜੂ ਤੇ ਤੁਹਾਡੀ ਆਵਾਜ਼ ਚੱਲਦੀ ਜਾਏਗੀ ਤੇ ਅੱਗੇ ਸਾਰੀਆਂ ਆਪਣੀਆਂ ਮੱਝਾਂ ਹੀ ਚੱਲਦੀਆਂ ਜਾ ਰਹੀਆਂ ਮਤਲਬ ਜੀ ਦੇਖੋ ਉਹ ਦਿਲ ਇਹ ਗੋਹਾ ਇੱਕ ਵਾਰ ਚਿੱਲੇ ਨਾ ਗੋਹਾ ਚੁੱਕ ਲੈ ਲੂੰਡੇ ਦਾ ਨਾਂ ਕੀ ਰੱਖਿਆ ਹਰੀਆਂ ਜਿਹੜੀ ਦੂਜੀ ਆ ਬਿੱਲੀ ਤਾਂ ਦੂਜੀ ਰੱਖੀ ਹੈ ਅਤੇ ਉਹ ਹੋਰ ਬਿੱਲੀ ਤਾਂ ਮੈਂ ਉਦਾਸ ਰੱਖਾ ਰਿਹਾ ਹੈ ਇਹ ਤਾਂ ਕਿੰਨਾ ਰੱਖਣਾ ਕੋਈ ਵੀ ਰੱਖ ਲਓ ਅੱਗੇ ਬਿੱਲੀ ਰੱਤੀ ਤਾਂ ਕੀ ਰੱਖੇ ਇਹਦੇ ਥੱਲੇ ਜੀ 15-16 ਕਿਲੋ ਦੁੱਧ ਇਹ ਪਠਾਣੀ ਹੈ ਜਿਹੜੀ ਇਹ ਇਹਦੇ ਥੱਲੇ ਵੀ 15 ਕਿਲੋ ਦੁੱਧ ਹਾਂਜੀ ਇਹਦੇ ਥੱਲੇ ਵੀ ਕੱਟਾ ਜੀ ਪਠਾਣੀ ਥੱਲੇ ਵੀ ਅਰਨੀ ਲਿਆ ਕੇ ਆ ਯਾਰ ਅਰਨੀ ਲਿਆ ਇੱਕ ਵਾਰੀ ਅਰਨੀ ਸੱਚੀ ਅਰਨੀ ਹੈ ਇਹ ਅਰਨੀ ਹੈ ਲੂੰਡੀ ਤੁਸੀਂ ਵੇਖ ਲਿਆ ਨਾ ਚਾਲ ਵੇਖਿਆ ਟੁੱਟਦੀ ਕਿੱਡੀ ਤਰੀਕੀ ਕਰਨਾ ਛਾਲਾਂ ਮਾਰਦੀ ਦੁਕਾਨਾਂ ਅਰਨੀ ਦੀ ਟੁੱਟਦੀ ਪਿੱਛੋਂ ਲੱਤਾਂ ਵੇਖੋ ਅਰਨੀ ਦੀਆਂ ਕਿੱਡੀਆਂ ਖੁੱਲੀਆਂ ਨੇ ਇਹ ਜੀ ਅਰਨੀ ਹੈ ਤੁਸੀਂ ਤਾਂ ਵੇਖੋ ਆਪਣਾ ਹਰਨਾ ਲੱਤਾਂ ਪਿੱਛੇ ਖੋਲ ਕੇ ਟੁੱਟਦੀ ਜਨਾਬ ਅਰਨੀ ਨਾ ਇਹਦਾ ਰੱਖਿਆ ਸੀ
ਹੈਂ ਇਹਦਾ ਕੀ ਨਾਂ ਸੀ? ਪਰੀ ਪਰੀ ਲਿਆ ਲਿਆਓ ਜੀ ਅਗਲੀ ਲਿਆਓ ਪਰੀ ਵਹਾਓ ਇਹਨਾਂ ਨੂੰ ਹਰਨੀ ਜਨਾ ਪੂਰੀ ਹਰਨਾ ਹਰ ਗਈ ਵੇਖੋ ਤੁਸੀਂ ਪਿੱਛੋਂ ਵੇਖੋ ਹਵਾਨਾ ਵੇਖੋ ਥਣ ਵੇਖੋ ਨਾ ਪੁਛ ਲਿਆ ਥੋੜ੍ਹਾ ਜਿਹਾ ਕਸਰ ਲੱਗ ਗਈ ਇਹ ਪਰੀ ਹੈ ਜੀ ਸਾਡੀ ਘਰ ਦੀ ਬਰੀਡ ਇਹ ਪਰੀ ਹੈ ਜਨਾਬ ਸਾਡੀ ਘਰ ਦੀ ਬਰੀਡ ਹੈ ਜਾ ਇਹ ਤਾਂ ਕੱਚੀ ਸੂਈ ਹੈ ਅਜੇ ਤੱਕ 12-13 ਕਿਲੋ ਦੁੱਧ ਵੀ ਦਿੰਦੀ ਹੈ ਇਹ ਤੀਸਰੇ ਸੂਏ ਦੀ ਸੂਈ ਹੈ ਇਹ ਕੋਈ ਹਫ਼ਤੇ ਕੁ ਦੀ ਜਿਹੜੀ ਨਾ ਜੀ ਹੋਇਆ ਪਿਆ ਜਾਂ ਬੜਾ ਅੱਛੀ ਇਹਦੀ ਇਹਦੀ ਸਾਡੇ ਕੋਲ ਤਕਰੀਬਨ 7